ਗਿੱਦੜਬਾ ਦੇ ਲੋਕਾਂ ਲਈ ਇੱਕ ਹੋਰ ਚੋਣ ਆਣ ਪਈ ਹੈ ਉਪ ਚੋਣ ਗਿੱਦੜਬਾ ਰਾਜਾ ਵੜਿੰਗ ਰਾਜਾ ਵੜਿੰਗ ਜਿਨ੍ਹਾਂ ਨੂੰ ਲਗਾਤਾਰ ਗਿੱਦੜਬਾ ਦੇ ਲੋਕਾਂ ਨੇ ਜਤਾਇਆ ਤੇ ਬਾਦਲ ਪਰਿਵਾਰ ਦੇ ਅਕਾਲੀ ਦਲ ਦੇ ਗੜ ਤੋਂ ਬਾਅਦ ਰਾਜਾ ਵੜਿੰਗ ਦਾ ਗੜ ਬਣਾਇਆ ਗਿੱਦੜਬਾ ਨੂੰ ਵੜਿੰਗ ਸਾਹਿਬ ਪਰ ਇੱਕ ਇਮਤਿਹਾਨ ਦੀ ਘੜੀ ਫੇਰ ਆ ਗਈ ਹੈ ਮੈਂ ਤਾਂ ਹਮੇਸ਼ਾ ਹੀ ਇਮਤਿਹਾਨ ਦਿੱਤੇ ਨਪਿੰਦਰ ਇਹ ਕਿਹੜੀ ਕੋਈ ਨਵੀਂ ਗੱਲ ਹੈ ਯਾਰ ਇਹ ਤਾਂ ਸਾਡੇ ਵਾਸਤੇ ਸੰਤੋ ਚਾਹ ਚੜ ਜਾਂਦਾ ਜਦੋਂ ਇਲੈਕਸ਼ਨ ਹੋ ਜਾਂਦਾ ਹੈ ਇਸ ਤੋਂ ਬਾਅਦ ਫਿਰ ਤੁਸੀਂ ਕਹੋਗੇ 27 ਚ ਇਮਤਿਹਾਨ ਹੈ ਪਹਿਲਾਂ ਕਹਿੰਦੇ ਸੀ ਪਾਰਲੀਮੈਂਟ ਇਮਤਿਹਾਨ ਹੈ ਹਨ ਬਾਬਾ ਨਾਨਕ ਇਹਨਾ ਕਿਰਪਾ ਕਰਦਾ ਹੈ ਲੋਕ ਇੰਨੀ ਕਿਰਪਾ ਕਰਦੇ ਉਹ ਹਰ ਇਮਤਿਹਾਨ ਨੀਅਤ ਸਾਫ਼ ਹੋਣੀ ਚਾਹੀਦੀ ਟਪਾ ਦਿੰਦੇ ਇਸ ਵਾਰ ਚਿਹਰੇ ਵੱਡੇ ਵੱਡੇ ਦੇਖੇ ਜਾ ਰਹੇ ਆ ਜਦੋਂ ਤੁਲਨਾ ਹੁੰਦੀ ਹੈ ਇੱਕ ਪਾਸੇ ਤਾਂ ਤੁਹਾਡੇ ਪੁਰਾਣੇ ਸਾਥੀ ਡਿੰਪੀ ਢਿੱਲੋਂ ਪਾਰਟੀ ਚੇਂਜ ਹੋ ਗਈ ਸੁਖਬੀਰ ਸਿੰਘ ਬਾਦਲ ਹਲਕੇ 'ਚ ਫਿਰਦੇ ਆ ਉਧਰੋਂ ਤੁਹਾਡੇ ਪੁਰਾਣੇ ਦੂਜੇ ਸਾਥੀ ਬਣਪ੍ਰੀਤ ਸਿੰਘ ਬਾਦਲ ਹੋਣੀ ਫਿਰਦੇ ਨੇ ਇਧਰ ਤੁਹਾਨੂੰ ਦੇਖਿਆ ਜਾ ਰਿਹਾ ਹਾਲਾਂਕਿ ਜੇ ਕੋਈ ਵੀ ਤੁਹਾਡੇ ਵੱਲੋਂ ਉਮੀਦਵਾਰ ਹੁੰਦਾ ਪਰ ਚਿਹਰਾ ਤੁਹਾਡਾ ਦੇਖਿਆ ਜਾਣਾ ਐਸੇ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਦੀ ਟੱਕਰ ਹੋਏਗੀ ਦੇਖੋ ਨੂਪਿੰਦਰ ਜੀ ਇਹ ਲੋਕਾਂ ਦੇ ਕੋਲੇ ਜਾਵਾਂਗੇ ਲੋਕ ਬਹੁਤ ਗਿੱਦੜਬਾਦੇ ਸੂਝਵਾਨ ਲੋਕ ਨਹੀਂ ਇੱਕ ਤਾਂ ਹੁੰਦੇ ਕਨਸੈਂਸੀ ਵਾਲਿਆਂ ਨੂੰ ਸਮਝ ਨਹੀਂ ਹੁੰਦੀ ਇਹ ਗਿੱਦੜਬਾਦੇ ਲੋਕਾਂ ਨੇ ਪਹਿਲਾਂ ਵੀ ਜਿਮਨੀ ਚੋਂ ਵੇਖੀ ਹੈ ਸੋ ਇਸ ਤਰ੍ਹਾਂ ਨਹੀਂ ਵੀ ਕੋਈ ਇੱਥੇ ਸਰਕਾਰ ਆਉਗੀ ਆਪਦਾ ਪ੍ਰਭਾਵ ਛੱਡ ਜੂਗੀ ਜਾਂ ਕੋਈ ਹੋਰ ਵਿਅਕਤੀ ਆਗੇ ਬੜੇ ਸੂਝਵਾਨ ਨੇ ਬੜੇ ਪ੍ਰੈਕਟੀਕਲ ਨੇ ਬੜੀਆਂ ਤਾਕਤਾਂ ਇਹਨਾਂ ਲੋਕਾਂ ਨੇ ਹੰਡਾਈਆਂ ਵੀਆਂ ਆਪੋਜੀਸ਼ਨ ਇਹਨਾਂ ਨੇ ਹੰਡਾਈ ਵੀ ਹੈ ਮਰਕੇ ਜਿਹੜਾ ਸਾਡਾ ਇੱਕ ਆਮ ਪਿੰਡ ਦਾ ਕਾਰਜਕਰਤਾ ਹੈ ਨਾ ਆਮ ਵਿਅਕਤੀ ਹੈ ਉਹ ਐਮਐਲਏ ਜਿੰਨੀ ਬਾਹਰਲੇ ਜਿੰਨੀ ਸਮਝ ਰਹਿਦਾ ਕਿਉਂਕਿ ਪੋਲੀਟੀਕਲ ਅਵੇਅਰਨੈਸ ਬਹੁਤ ਪੁਰਾਣੀ ਇਸ ਇਲਾਕੇ ਚਾਈ ਇੱਥੇ ਹਰਚੰਦ ਸਿੰਘ ਬਰਾੜ ਚੋਣ ਲੜੇ 9056 ਦੀਆਂ ਆਈ ਥਿੰਕ ਗੱਲਾਂ ਹੈ ਗਿਆ ਹੀ ਵਨਡ दैट ਇਲੈਕਸ਼ਨ ਥੋੜੇ ਸਾਹਮਣੇ ਫਿਰ ਬਾਦਲ ਸਾਹਿਬ ਉਹਦੋਂ ਹਾਰੇ ਫਿਰ ਬਾਦਲ ਸਾਹਿਬ ਲੜੇ ਫਿਰ ਜੁਗਮੀਤ ਸਿੰਘ ਬਰਾੜ ਫਿਰ ਸੁਖਬੀਤ ਸਿੰਘ ਬਾਦਲ ਉਹਦੋਂ ਮੰਤਰੀ ਹੁੰਦੇ ਸੀ ਇੱਥੋਂ 600 ਵੋਟ ਫਿਰ ਵਧੀ ਉਹ ਜੁਗਮੀਤ ਸਿੰਘ ਸੁਖਬੀਤ ਸਿੰਘ ਜੁਗਮੀਤ ਸਿੰਘ ਬਰਾੜ ਜਿੱਤੇ ਮਨਪ੍ਰੀਤ ਬਾਦਲ ਭਾਈ ਇਲੈਕਸ਼ਨ ਜਿੱਤੇ ਫਿਰ ਲਗਾਤਾਰ ਜਿੱਤੇ ਆਏ ਮੈਂ ਜਿੱਤਿਆ ਸੋ ਦੇ ਆਰ ਵੈਰੀ ਮਤਲਬ ਕਿ ਇੰਟੈਲੀਜੈਂਟ ਪੀਪਲ ਇਹਨਾਂ ਤੇ ਕੋਈ ਹੈ ਕੋਈ ਪਰਭਾਵ ਨਹੀਂ ਛੱਡ ਸਕਦਾ ਨਾ ਹੀ ਇਹਨਾਂ ਨੂੰ ਕੋਈ ਛੇਤੀ ਛੇਤੀ ਇਹਨਾਂ ਦਾ ਕੋਈ ਮਾਈਂਡ ਬਦਲ ਸਕਦਾ ਸੋ ਆਈ ਥਿੰਕ ਕਿ ਬਹੁਤ ਸੂਝਵਾਨ ਲੋਕ ਹੈ ਬਹੁਤ ਚੰਗਾ ਤੇ ਸੋਹਣਾ ਫੈਸਲਾ ਲੈਣਗੇ ਲੰਮਾ ਫਿਊਚਰ ਨੂੰ ਦੇਖਦੇ ਹੋਏ ਕਿ ਸਾਡੇ ਗਿੱਦਰਪਾ ਦਾ ਫਿਊਚਰ ਕੀ ਹੋਏਗਾ ਕੱਲ ਲੈਣਾ ਇੱਕ ਵੱਖਰੇ ਪੋਸਟਰਸ ਵਾਲੀ ਲਾਏ ਹੋਇਆ ਤੁਸੀਂ ਵੀ ਦੇਖ ਲਿਓਨੇ ਆ ਸਦਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਤਸਵੀਰ ਲੱਗੀ ਆ ਤੇ ਥੱਲੇ 1995 ਵਾਲੀ ਚੋਣ ਦਾ ਜ਼ਿਕਰ ਕੀਤਾ ਜਾ ਰਿਹਾ ਕਿ 1995 ਵਾਂਗ ਇੱਕ ਵਾਰੀ ਫਿਰ ਤੋਂ ਜਿਤਾ ਦਿਓ ਉਹ ਪੁਰਾਣਾ ਵੇਲਾ ਜਦੋਂ ਵਾਕਈ ਅਕਾਲੀ ਦਲ ਨੇ ਉਸ ਵੇਲੇ ਦੀ ਮੌਜੂਦਾ ਸਰਕਾਰ ਅ ਦੇ ਵਿੱਚ ਵੀ ਉਹ ਸੀਟ ਜਿੱਤੀ ਉਹ ਪੋਸਟਰ ਕੀ ਲੱਗਦਾ ਹੈ ਕਿ ਅੱਜ ਉਹ ਪੋਸਟਰ ਅਗਰ ਲੱਗੇ ਆ ਉਹਦੇ ਪਿੱਛੇ ਦੀ ਕਹਾਣੀ ਦੇਖੋ ਸਰਦਾਰ ਬਾਦਲ ਸਾਹਿਬ ਦਾ ਆਪ ਦਾ ਪ੍ਰੇਮ ਸੀਗਾ ਇੱਥੇ ਪਰ ਉਸ ਤੋਂ ਬਾਅਦ ਲਗਾਤਾਰ ਉਹ ਪ੍ਰੇਮ ਜਿਹੜਾ ਸੀਗਾ ਕਿਉਂਕਿ ਉਹ ਇਹ ਅਲਾਕਾ ਮਨਪ੍ਰੀਤ ਨੂੰ ਦੇਤਾ ਫਿਰ ਉਹ ਛੱਡਦੇ ਗਏ ਫਿਰ ਲੋਕਾਂ ਨਾਲ ਟੁੱਟ ਗਏ ਆ ਮੇਰਾ ਖਿਆਲ ਸੁਖਬੀਰ ਬਾਦਲ ਜੀ ਪਿੰਡਾਂ ਚ ਹੋਣ ਗਏ ਸੀਗੇ ਜਦੋਂ ਡਿੰਪੀ ਢੋਣਾ ਗੇੜੇ ਕੱਢ ਰਹੇ ਸਨ ਉਸ ਤੋਂ ਪਹਿਲਾਂ ਸੁਖਬੀਰ ਜੀ ਮਤਲਬ ਕਿ ਜੁਮੇਦ ਬਰਾੜ ਦੇ ਇਲੈਕਸ਼ਨ ਚ ਆਏ ਸੀਗੇ ਦਰਬਾਚ ਸੋ ਬੰਦੇ ਅੱਜ ਕੱਲ ਨਾ ਬਹੁਤ ਨੇੜੇ ਦਾ ਸੰਪਰਕ ਪਾਲਦੇ ਐ ਤੁਸੀਂ ਪੁਰਾਣੀ ਗੱਲ ਦਾ ਵਾਸਤਾ ਦੇ ਕੇ ਵੀ ਬਾਪੂ ਦੀ ਯਾਰੀ ਸੀ ਬੇਬੇ ਦੀ ਨਾਲ ਆਪਣਾ ਤਲੂਕਾਤ ਸੀਗਾ ਉਹ ਗੱਲ ਬੰਦੀ ਨਹੀਂ ਅਗਲਾ ਕਹਿੰਦਾ ਕਿ ਯਾਰ ਹੁਣ ਨੈਕਸਟ ਕੀ ਹੈ ਜਿਹੜੀਆਂ ਨਵੀਆਂ ਜਨਰੇਸ਼ਨ ਹੈਗੀਆਂ ਉਹਨਾਂ ਨੂੰ ਇਹ ਲੱਗਦਾ ਕਿ ਸਾਡਾ ਫਿਊਚਰ ਕੀ ਹੈ ਅਸੀਂ ਉਸ ਲੀਡਰ ਨਾਲ ਸੰਪਰਕ ਕਰੀਏ ਜਿਹੜਾ ਸਾਨੂੰ ਇਮੀਡੀਏਟਲੀ ਮਿਲ ਸਕੇ ਜਿੰਨਾ ਗੱਲਬਾਤ ਹੋ ਸਕੇ ਸੋ ਸਮਾਨਾ ਬਹੁਤ ਛੇਤੀ ਕਰ ਬਟ ਲੈਂਦਾ ਲੋਕਾਂ ਦੀ ਯਾਦਸ਼ਤ ਮਤਲਬ ਕਿ ਘਟ ਹੈ ਪਰ ਮੈਨੂੰ ਲੱਗਦਾ ਕਿ ਲੋਕ ਇਨਵੈਸਟਮੈਂਟ ਕਰਦੇ ਹੈ ਕੀ ਲੰਬੀ ਇਨਵੈਸਟਮੈਂਟ ਕੀ ਰਿਚ ਹੋ ਕਿਤੇ ਮਨਪ੍ਰੀਤ ਬਾਦਲ ਹੋਣੀ ਆ ਆਪਦੇ ਉਸ ਬਣਵਾਸ ਦੀ ਗੱਲ ਕਰਦੇ ਆ ਕਿ ਮੈਂ ਬਣਵਾਸ ਕੱਟ ਕੇ ਆਇਆ ਇੱਕ ਵਾਰੀ ਫਿਰ ਤੋਂ ਆਪਦੇ ਹਲਕੇ 'ਚ ਮੁੜਿਆ ਆ ਔਰ ਸਿੱਧੇ ਤੌਰ ਤੇ ਤੁਹਾਡੇ ਨਾਲ ਜਾਦੇ ਪਿਆਰ ਦੇਖਿਆ ਜਾਂਦਾ ਦੇਖੋ ਬਣਵਾਸ ਦੀ ਗੱਲ ਨਹੀਂ ਸੀ ਕਿਹੜਾ ਕਿਸੇ ਨੇ ਭੇਜਿਆ ਸੀ ਉਹਨਾਂ ਨੂੰ ਇੱਥੋਂ ਬਣਵਾਸ ਤੁਸੀਂ ਦੇਖੋ ਐਕਚੁਅਲੀ ਮਨਪ੍ਰੀਤ ਬਾਦਲ 40000 ਵੋਟਾਂ ਨਾਲ ਹਾਰੇ ਸੈਕਿੰਡ ਲਾਰਜੈਸਟ ਮਾਰਜਨ ਸੀਗਾ ਪੰਜਾਬ ਦੇ ਵਿੱਚ ਡੀਫੀਟ ਦੇ ਵਿੱਚ ਹਾਰਨ ਦੇ ਵਿੱਚ ਆਪਰੀ ਮਰਜੀ ਨਾਲ ਬਠਿੰਡੇ ਗਏ ਦੇਖੋ ਅ ਅਸਲ ਵਿੱਚ ਤਾਂ ਉਹਨਾਂ ਦੀ ਵੋਟ ਪਹਿਲਾਂ ਗਿੱੱਦਰ ਬਿਓ ਲੜਦੇ ਸੀ ਉਹਨਾਂ ਨੂੰ ਗਿੱੱਦਰ ਬਿਓ ਲੜਨਾ ਚਾਹੀਦਾ ਸੀ ਜਾਂ ਇੱਥੋਂ ਟਿਕਟ ਮੰਗਦੇ ਜਾਂ ਕਹਿੰਦੇ ਮੈਂ ਨਹੀਂ ਲੜਨਾ ਜੀ ਪਿਆਰ ਸੀ ਫੇਰ ਉਹਨਾਂ ਨੂੰ ਬਾਦਲ ਤੋਂ ਲੜਨਾ ਚਾਹੀਦਾ ਸੀ ਲੰਬੀ ਤੋਂ ਕਿਉਂਕਿ ਉਹਨਾਂ ਦੀ ਵੋਟ ਉੱਥੇ ਸੀ ਉੱਥੋਂ ਸੁਭਾਵ ਦੇ ਘਰੋਂ ਨਿਕਲਦੇ ਸੀ ਤੇ ਬਠਿੰਡੇ ਜਾਂਦੇ ਸੀ ਬਠਿੰਡਾ ਐਕਚੁਅਲੀ ਇਟਸ ਅ ਹਿੰਦੂ ਸੀਟ ਸੀ ਜੇ ਤੁਸੀਂ ਕਹੀਏ ਕਿ ਸ਼ਹਿਰੀ ਸੀਟ ਹੈ ਕਾਸਟ ਵਾਈਜ਼ ਅਸੀਂ ਇਹ ਵੇਖਦੇ ਹਾਂ ਕਿ ਜਿੱਥੇ ਜਿਹੜੀ ਪਾਪੂਲੇਸ਼ਨ ਜਾਦੇ ਹੈ ਉਹਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਜਾਵੇ ਬੇਸਿਕਲੀ ਉਹ ਜਿੱਤ ਵਾਲੀ ਸੀਟ ਸੀ ਹਿੰਦੂ ਸੀਟ ਸੀ ਸ਼ਹਿਰੀ ਸੀ ਸੀ ਸ਼ਹਿਰੀਆਂ ਦਾ ਕਾਫੀ ਚੁਕਾਵ ਕਾਂਗਰਸ ਵਾਲ ਰਹਿੰਦਾ ਕਾਂਗਰਸ ਦੀ ਹਵਾ ਸੀ ਮੈਂ ਤਾਂ ਉਸ ਵੇਲੇ ਵੀ ਕਿਹਾ ਸੀ ਮੈਂ ਕਿਹਾ ਲੰਬੀ ਸੜਕ ਕੋਈ ਬੰਦਾ ਨਹੀਂ ਸੀ ਠੱਲ ਨੂੰ ਇਹਨਾਂ ਨੂੰ ਲੰਬੀ ਹੋ ਲੜਨਾ ਚਾਹੀਦਾ ਪਰ ਉਹ ਲੰਬੀ ਵਾਲਾ ਉਹ ਸਮਝੌਤਾ ਸੀਗਾ ਆਪਸ ਵਿੱਚ ਇਹ ਹੁਣੇ-ਹੁਣੇ ਗੱਲਾਂ ਆਉਂਦੀਆਂ ਬਾਹਰ ਕਿ ਪੁਰਾਣਾ ਗੱਲ ਚਲਾਈ ਸੀ ਵੀ ਤੁਸੀਂ ਹੁਣ ਕਾਂਗਰਸ ਸੰਨ ਜਾਵੋ ਜੇ ਕੋਈ ਪਰਿਵਾਰ ਨੂੰ ਕਦੇ ਦਿੱਕਤਾਂ ਆਉਂਦੀਆਂ ਹੁਣ ਤਾਂ ਫਿਰ ਤੁਸੀਂ ਉਧਰ ਸੰਭਾਲਿਓ ਇਹ ਫਿਰ ਸਿੱਧੂ ਹੈ ਅੱਜ ਨੂੰ ਟਰਾਂਸਪੋਰਟ ਦਾ ਇਹਨਾਂ ਨੇ ਕੋਰੋਨਾ ਦੇ ਵਿੱਚ ਟਰਾਂਸਪੋਰਟ ਦਾ ਉਹ ਮਾਫ ਕੀਤਾ ਟੈਕਸ ਕਿਸੇ ਹੋਰ ਬੰਦੇ ਦਾ ਟੈਕਸ ਨਹੀਂ ਮਾਫ ਹੋਇਆ ਲੇਕਿਨ ਕੋਰੋਨਾ ਚ ਟਰਾਂਸਪੋਰਟਰਾਂ ਦਾ ਟੈਕਸ ਮਾਫ ਹੋਇਆ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਹੁਣ ਫੇਰ ਉਦੋਂ ਜਿਹੜੇ ਉਥੋਂ ਦੇ ਇਲੈਕਸ਼ਨ ਲੜੇ ਸੀ ਅਕਾਲੀ ਦਲ ਦੇ ਸਰੂਪ ਸਿੰਘਲਾ ਜੀ ਉਹ ਚਿੱਕਾ ਮਾਰਦੇ ਸੀਗੇ ਵੀ ਇਹ ਰਲੇਵੇ ਆ ਮੈਂ 2022 ਚ ਇੱਥੇ ਇਨਵੋਲਡ ਸੀਗੇ ਅਕਾਲੀ ਦਲ ਤੇ ਇਹ ਸਾਰੇ ਸੁਖਬੀਰ ਇਹਨਾਂ ਨੂੰ ਜੁਟਾ ਰਹੇ ਸੀ ਮਨਪ੍ਰੀਤ ਬਾਦਲ ਟਿੱਲੂ ਸਾਨੂੰ ਖੁੱਲ ਕੇ ਸਾਰੇ ਗਿੱਦੜਾਂ ਨੂੰ ਪਤਾ ਹੈ ਹੁਣ ਉਹਨਾਂ ਨੂੰ ਐਕਚੁਅਲੀ ਕੋਈ ਜਗ੍ਹਾ ਚੱਲਦੀ ਨਹੀਂ ਉਹਨੂੰ ਇਹਨੂੰ ਬਨਵਾਸ ਕਹਿ ਲੈਣ ਕੁਛ ਕਹਿ ਲੈਣ ਕੀ ਬਨਵਾਸ ਤਾਂ ਨਹੀਂ ਹੈ ਉਹ ਤਾਂ ਆਪ ਭੱਜੇ ਸੀ ਹੁਣ ਉਹਨਾਂ ਨੂੰ ਲੱਗਦਾ ਕਿ ਯਾਰ ਹੋਰ ਕੋਈ ਟਿਕਾਣਾ ਨਹੀਂ ਅਲਟੀਮੇਟਲੀ ਚੰਗੇ ਆ ਮਾੜੇ ਇਧਰ ਨੂੰ ਤੁਰ ਪੀਏ ਕਿਸੇ ਨੇ ਚੱਲਣਾ ਲੰਬੀ ਚ ਹੁਣ ਲੰਬੀ ਖਾਲੀ ਪਿਆ ਲੰਬੀ ਲੰਬੀ ਲੜ ਲੈਨ ਭਾਜਪੀ ਕੋਈ ਬੰਦਾ ਲੰਬੀ ਚ ਹੈ ਨਹੀਂਗਾ ਲੰਬੀ ਇਹਨਾਂ ਦੀ ਵੋਟ ਵੀ ਹੈ ਲੰਬੀਆਂ ਕਿਉਂ ਨਹੀਂ ਲੜਦਾ ਭਾਜਪੀ ਗਿੱਦਰ ਬਿਆ ਕਿਉਂ ਲੜਦਾ ਹੈ ਮੇਰੇ ਕਹਿਣ ਦਾ ਮਤਲਬ ਜਿੱਦੜਵਾ ਚੁਣਿਆ ਉਹਨਾਂ ਨੇ ਠਿੱਕੀ ਉਹਨਾਂ ਨੂੰ ਲੱਗਦਾ ਹੈ ਕਿ ਗਿੱਦੜਵਾ ਚੋ ਮਜਬੂਤ ਸਭ ਤੋਂ ਸਕਦੇ ਹੈ ਤਾਂ ਟਾਈਮ ਦੱਸੂਗਾ ਉਹਨਾਂ ਨੂੰ ਲੱਗਦਾ ਹੈ ਜਾਂ ਨਹੀਂ ਲੱਗਦਾ ਇਹ ਤਾਂ ਪਬਲਿਕ ਦੱਸੇਗੀ ਅੱਛਾ ਤੁਸੀਂ ਮੁਕਾਬਲਾ ਕਿਹਦੇ ਨਾਲ ਦੇਖਦੇ ਹੋ ਫਿਰ ਰਾਜਾ ਵੜੈਂਕੀ ਦੇ ਨਾਲ ਮੁਕਾਬਲਾ ਦੇਖਦਾ ਕਿਉਂਕਿ ਸਾਹਮਣੇ ਇੱਕ ਪਾਸੇ ਸਰਕਾਰ ਹੈ ਦੂਜੇ ਪਾਸੇ ਮਨਪ੍ਰੀਤ ਸਿੰਘ ਬਾਦਲ ਜਿਹੜੇ ਕਿਸੇ ਟਾਈਮ ਇੱਥੇ ਗੜਬ ਬਣਾਉਂਦੇ ਰਹੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਵੱਲੋਂ ਪੂਰਾ ਜ਼ੋਰ ਲਾ ਰਹੇ ਨਪਿੰਦਰ ਟਾਈਮ ਦੱਸੇਗਾ ਮੈਨੂੰ ਲੋਕਾਂ ਨੂੰ ਝੂਠ ਤਾਂ ਬੋਲਨੇ ਨਹੀਂ ਆਉਂਦੇ ਕੀ 25 ਸਾਲ ਰਾਜ ਕਰਾਂਗੇ 13 ਨਹੀਂ 13 ਜਿੱਤ ਜਾਵਾਂਗੇ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਮੇਨ ਪਾਰਟੀ ਰਹੇਗੀ ਐਂਡ ਲੈਟਸ ਸੀ ਹੁਣ ਕਿਹੜੇ ਬੰਦੇ ਨਾਲ ਮੁਕਾਬਲਾ ਰਹਿੰਦਾ ਬਟ ਐਕਚੁਅਲੀ ਹੈ ਸਰਕਾਰ ਦੇ ਲੋਕਾਂ ਨਾਲ ਹੀ ਮੁਕਾਬਲੇ 'ਚ ਗੱਲਬਾਤ ਹੁੰਦੀ ਹੈ ਆਦਰਵਾਇਜ਼ ਤਾਂ ਕਿਉਂਕਿ ਉਹ ਨਹੀਂ ਸਰਕਾਰ ਹੁੰਦੀ ਹੈ ਪਰ ਸਰਕਾਰਾਂ ਵੀ ਲੋਕਾਂ ਨੇ ਸਿਮਰਜੀਤ ਸਿੰਘ ਮਾਨ ਜਿੱਤ ਗਏ ਸੀ ਇਮੀਡੀਐਟਲੀ ਸਰਕਾਰ ਬਣੀ ਲੋਕਾਂ ਨੇ ਹਰਾਤੀ ਸੀ ਹੁਣ 13 ਚੋਂ ਸਾਨੂੰ ਲੋਕਾਂ ਨੇ 7 ਜਿਤਾਤੀਆਂ ਸਰਕਾਰ ਨੂੰ ਕੇਵਲ 3 ਹੀ ਜਿੱਤੀਆਂ ਇਸ ਤਰ੍ਹਾਂ ਦੀਆਂ ਚਰਚਾਵਾਂ ਵੀ ਲੋਕ ਗੱਲਾਂ ਵੀ ਕਰਦੇ ਆ ਅਕਸਰ ਸੱਥਾਂ 'ਚ ਗੱਲਾਂ ਹੋਣ ਲੱਗ ਜਾਂਦੀਆਂ ਕਿ ਰਾਜਾ ਵੜਿੰਗ ਕਿਸਮਤ ਦਾ ਧਣੀ ਹੈ ਕਹਿੰਦੇ ਵੀ ਛੋਟੀ ਜੀ ਉਮਰ 'ਚ ਮੰਤਰੀ ਵੀ ਬਣ ਗਿਆ ਤੇ ਨਰੀ ਐਮਐਲਏ ਬਣ ਗਿਆ ਹੁਣ ਐਮਪੀ ਬਣ ਗਿਆ ਲੁਧਿਆਣੇ ਵੀ ਪਹੁੰਚ ਗਏ ਤੇ ਅਜੇ ਗਿੱਦੜਵਾਲੀ ਸੀਟ ਦੇ ਵਿੱਚ ਵੀ ਗੇੜੇਫੜੇ ਪੂਰੇ ਚੱਲ ਰਹੇ ਆ ਤਾਂ ਇਸ ਕਿਸਮਤ ਨੂੰ ਕੀ ਰਾਜਾ ਵੜਿੰਗ ਆਪਦੇ ਪਰਿਵਾਰ ਤੇ ਲਿਆ ਕੇ ਜਬੋਣਾ ਚਾਹਣਗੇ ਗਿੱਦੜਵਾਲੇ ਵਿੱਚ ਇਹ ਚੋਣ ਜਿਹੜੀ ਰਾਜਾ ਵੜਿੰਗ ਦਾ ਪਰਿਵਾਰ ਹੀ ਲੜੇਗਾ ਜਾਂ ਫਿਰ ਇਹਨੂੰ ਲੈ ਕੇ ਫੈਸਲਾ ਤੁਹਾਨੂੰ ਲੱਗਦਾ ਹੈ ਕਿ ਹਜੇ ਜਲਦਬਾਜੀ ਹੈ ਰੁਪਿੰਦਰ ਲੜਦੇ ਹੀ ਰਹੇ ਹਨ ਚੋਣ ਕਿਸਮਤ ਤੋਂ ਬਿਨਾ ਤਾਂ ਕੱਖ ਵੀ ਨਹੀਂ ਕਿਸਮਤ ਤੋਂ ਬਿਨਾ ਤਾਂ ਤੁਸੀਂ ਦੋ ਸਟੈਪ ਨਹੀਂ ਬਾਹਰ ਨਿਕਲ ਸਕਦੇ ਨਹੀਂ ਪੁੱਛ ਲੈਨੇ ਆਂ ਅਮ੍ਰਿਤਾ ਵੜਿੰਗ ਨੂੰ ਲੈ ਕੇ ਬੜਾ ਚਰਚਾ ਸੋ ਵਿਦਆਊਟ ਕਿਸਮਤ ਤਾਂ ਤੁਸੀਂ ਬੰਦਾ ਚੱਲ ਹੀ ਨਹੀਂ ਸਕਦਾ ਸੱਚੇ ਬਾਦਸ਼ਾਹ ਦੇ ਅਸ਼ੀਰਵਾਦ ਤੋਂ ਬੰਦਾ ਤਾਂ ਸੁਭਾ ਦਾ ਇੱਕ ਸਾ ਨਹੀਂ ਲੈਂਦਾ ਸੋ ਜਿੱਥੋਂ ਤੱਕ ਅਮ੍ਰਿਤਾ ਵੜਿੰਗ ਦੀ ਗੱਲ ਹੈ ਹਾਈ ਕਮਾਂਡ ਨੇ ਫੈਸਲਾ ਲੈਣਾ ਹੈ ਕਿ ਅਮ੍ਰਿਤਾ ਵੜਿੰਗ ਨੂੰ ਲੜਾਉਣਾ ਹੈ ਜਾਂ ਨਹੀਂ ਲੜਾਉਣਾ ਤਾਡੀ ਕੌਨਸੀ ਸੀ ਹੈ ਜੋ ਵੀ ਸਾਥੀ ਲੜੇ ਅਮ੍ਰਿਤਾ ਵੜਿੰਗ ਲੜੇ ਕੋਈ ਹੋਰ ਲੜੇ ਕੋਈ ਹੋਰ ਬੰਦਾ ਲੜੇ ਤੁਹਾਡੀ ਚਾਹੇ ਪਰਿਵਾਰ ਦੀ ਅਮ੍ਰਿਤਾ ਵੜਿੰਗ ਹੋ ਰਹੇ ਮੇਰੇ ਕਹਿਣ ਦਾ ਮਤਲਬ ਰਾਜਾ ਵੜਿੰਗ ਬਤੌਰ ਪ੍ਰਧਾਨ ਵੀ ਹੈ ਨਾ ਰਾਜਾ ਵੜਿੰਗ ਪ੍ਰਧਾਨ ਤੇ ਮੇਰਾ ਪੁਰਾਣਾ ਹਲਕਾ ਹੋਣ ਦੇ ਨਾਤੇ ਮੈਂ ਚਾਹਾਂਗਾ ਕਿ ਇੱਥੇ ਕਾਂਗਰਸ ਪਾਰਟੀ ਜਿੱਤੇ ਬਹੁਤੀਆਂ ਨਾ ਇੱਛਾਵਾਂ ਉੱਚਾ ਪਾਰਟੀਆਂ ਦੇ ਵਿੱਚ ਆਪਦੇ ਮਨ ਛੁਣੇ ਹਨ ਲੇਕਿਨ ਉਹ ਪਾਰਟੀ ਲੈਵਲ ਤੇ ਬਹੁਤ ਕਿੰਨੀ ਇੱਛਾਵੰਦੀ ਗੱਲ ਨਹੀਂ ਉੱਥੇ ਪਾਰਟੀ ਦੇ ਫੈਸਲੇ ਦੀ ਗੱਲ ਹੁੰਦੀ ਹੈ ਤੁਸੀਂ ਕੋਸ਼ਿਸ਼ ਕਰੋ ਕਿ ਰਾਜਾ ਵੜਿੰਗ ਦੀ ਕਿ ਤੁਹਾਨੂੰ ਤੁਸੀਂ ਕਹਿੰਦੇ ਸੀਟ ਜਿਤਨੀ ਸਾਡਾ ਟਾਰਗੇਟ ਹੈ ਤੁਹਾਨੂੰ ਲੱਗਦਾ ਹੈ ਕਿ ਮਜਬੂਤ ਕੈਂਡੀਡੇਟ ਅਮਰਤਾ ਵੜਿੰਗ ਹੋ ਸਕਦੇ ਜਾਂ ਤੁਹਾਨੂੰ ਲੱਗਦਾ ਹੈ ਕਿ ਅਮਰਤਾ ਵੜਿੰਗ ਤੋਂ ਪਾਸੇ ਕੋਈ ਹੋਰ ਚਿਹਰਾ ਹੋ ਸਕਦਾ ਹੈ ਠੇਰੇ ਲੋਕ ਹੋਰ ਵੀ ਮਜਬੂਤ ਹੋ ਸਕਦੇ ਜ਼ਰੂਰੀ ਨਹੀਂ ਹੈ ਕਿ ਅਮਰਤਾ ਵੜਿੰਗ ਹੀ ਮਜਬੂਤ ਹੋ ਸਕਦੀ ਹੈ ਕਾਂਗਰਸ ਪਾਰਟੀ ਮਜਬੂਤ ਹੋਣੀ ਚਾਹੀਦੀ ਹੈ ਸੋ ਕੋਈ ਵੀ ਫੈਸਲਾ ਜਿਹੜਾ ਹੋਗਾ ਇਹ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ ਹਾਈ ਕਮਾਂਡ ਨਾਲ ਜਿਸ ਨੂੰ ਵੀ ਫੈਸਲਾ ਕਰੇਗੀ ਜਿਸਤੇ ਵੀ ਹੱਥ ਰੱਖੇਗੀ ਵੀ ਆ ਰੈਡੀ ਫਾਰ ਸਾਨੂੰ ਹਮੇਸ਼ਾ ਪਾਰਟੀ ਨੇ ਬੜਾ ਬਲ ਦਿੱਤਾ ਬੜਾ ਚੀਜ਼ਾਂ ਦਿੱਤੀਆਂ ਸੋ ਸਾਡਾ ਇਹ ਨਹੀਂ ਹੁੰਦਾ ਵੀ ਪਾਰਟੀ ਦਾ ਕੋਈ ਰਿਵੋਲਟ ਕਰਨਾ ਹੁੰਦਾ ਜਾਂ ਪਾਰਟੀ ਦੇ ਖਿਲਾਫ ਚੱਲਣਾ ਹੁੰਦਾ ਇਹ ਤਾਂ ਕੁਝ ਸਾਥੀ ਆਉਂਦੇ ਆ ਕਦੇ ਇਸ ਪਾਰਟੀ ਚ ਕਦੇ ਇਸ ਪਾਰਟੀ ਚ ਕਦੇ ਇਸ ਪਾਰਟੀ ਚ ਕਿਉਂਕਿ ਮੈਨੂੰ ਲੱਗਦਾ ਕਿ ਹੌਲੀ ਹੌਲੀ ਜਿਹੜੇ ਐਥਿਕਸ ਹੈ ਨਾ ਬੰਦੇ ਦੇ ਮੋਰਲ ਵੈਲਿਊਜ਼ ਹੈ ਉਹੀ ਲੋਕ ਕਦਰ ਕਰਨ ਲੱਗ ਪੈਂਦੇ ਕਿ ਨਹੀਂ ਯਾਰ ਬੰਦਾ ਪੱਕਾ ਹੈ ਇਹ ਨਹੀਂ ਮੈਂ ਅੱਜ ਝਾੜੂਆਂ ਗਾਲਾਂ ਕੱਢੀ ਜਾਵਾਂ ਕੱਲ ਨੂੰ ਝਾੜੂ ਵਾਲੇ ਨਹੀਂ ਰਲ ਜਾਾਂ ਅੱਜ ਮੈਂ ਤਕੜੀ ਨੂੰ ਗਾਦਾ ਕੱਢੀ ਜਾਵਾਂ ਅਗਲ ਤਕੜੀ ਨਾ ਹੀ ਰਲ ਜਾ ਸੋ ਆਈ ਥਿੰਕ ਮੋਰਲ ਵੈਲਿਊਸ ਤੇ ਲੋਕ ਗਿੱਧੜਬਾ ਦੇ ਲੋਕ ਪੈਰਾ ਦੇਣਗੇ ਪਰ ਬ੍ਰਿੰਕ ਸਾਹਿਬ ਹੁਣ ਤਾਂ ਹਾਲਾਤ ਐਸੇ ਬਣੇ ਪਏ ਹੋਏ ਚੱਲਦੀ ਗੱਡੀ 'ਚ ਨਾਲ ਦਾ ਲੀਡਰ ਸੀਟ ਤੋਂ ਉਤਰ ਜਾਂਦਾ ਪਿਛਲੇ ਟਾਈਮ ਦੇ ਵਿੱਚ ਐਸੇ ਹਾਲਾਤ ਵੇਖੇ ਹਾਂਜੀ ਹਾਂਜੀ ਤੁਹਾਨੂੰ ਪਤਾ ਥੋੜੀ ਪਾਰਟੀ 'ਚ ਵੀ ਹੋਇਆ ਹਾਂਜੀ ਇਹ ਪਤਾ ਤਾਂ ਨਹੀਂ ਲੱਗਦਾ ਨਪਿੰਦਰ ਕੌਣ ਕਿਹੜੀ ਗੱਡੀ 'ਚ ਉਤਰ ਗਿਆ ਪਰ ਇਹ ਜਿਹੜੇ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਇਸ ਲਾਲਚ ਹੁੰਦਾ ਕਿ ਮੈਂ ਇਸ ਗੱਡੀ 'ਚ ਬਹਿ ਜਾਮੈਂ ਇਸ ਚਾਹ ਜਾਂ ਮੈਂ ਇੱਧਰ ਛਾਲ ਮਾਰ ਕੇ ਸ਼ਾਇਦ ਕੁ ਇਹ ਥੋੜੇ ਮੁਕੱਦਰ ਛੈ ਨਹੀਂ ਕਿਸਮਤ ਥੋੜਾ ਸਾਥ ਨਹੀਂ ਦਿੰਦੀ ਜਿੱਥੇ ਮਰਜੀ ਚਲੀ ਜਾਓ ਜਿਹੜੀ ਮਰਜੀ ਗੱਡੀ 'ਚ ਬਹਿ ਜਾਓ ਗੱਲ ਬੰਦ ਦੀ ਕੀ ਲੱਗਦਾ ਗੱਡੜਬਾਦ ਤੋਂ ਬਿਨਾ ਡੇਰਾ ਬਾਬਾ ਨਾਨਕ ਵੀ ਐ ਚੱਬੇ ਵਾਲ ਵੀ ਐ ਬਰਨਾਲਾ ਵੀ ਐ ਕੀ ਲੱਗਦਾ ਕਿਸ ਤਰ੍ਹਾਂ ਦੀ ਸਿੱਤੀ ਸੀ ਰਹੇਗੀ ਐਕਚੁਅਲੀ ਸਰਕਾਰ ਦੀ ਓਵਰਆਲ ਜਿਹੜੀ ਹਾਲਾਤ ਐ ਪਰਫਾਰਮੈਂਸ ਐ ਬਹੁਤ ਮਾੜੀ ਹੋ ਗਈ ਐ ਲੋਕਾਂ ਨੂੰ ਸਮਝ ਨਹੀਂ ਆ ਰਹੀ ਸਰਕਾਰ ਚ ਕੌਣ ਚਲਾ ਰਿਹਾ ਦਿੱਲੀ ਚਲਾ ਰਹੀ ਐ ਮੁੱਖ ਮੰਤਰੀ ਚਲਾ ਰਿਹਾ ਐ ਕੋਈ ਹੋਰ ਚੀਫ ਸੈਕਟਰੀ ਚਲਾ ਰਿਹਾ ਐ ਚੀਫ ਸੈਕਟਰੀ ਪੁਰਾਣਾ ਚਲਾ ਰਿਹਾ ਨਵਾਂ ਆ ਗਿਆ ਐ ਕੌਣ ਚਲਾ ਰਿਹਾ ਫਲਾ ਇਹ ਲੋਕਾਂ ਉਹ ਲੋਕ ਤਾਂ ਐਡੇ ਤੇਜ਼ ਆ ਲੋਕ ਤਾਂ ਪਹਿਲਾਂ ਸਮਝ ਜਾਂਦੇ ਆ ਇੱਕ ਮਿੰਟ ਸਮਝ ਜਾਂਦੇ ਆ ਵੀ ਯਾਰ ਆ ਗੱਲ ਢਿੱਲੀ ਹੈ ਅੱਜ ਕਿਸੇ ਦਾ ਮੈਨੂੰ ਟੈਲੀਫੋਨ ਆਇਆ ਸੀ ਕਹਿੰਦੇ ਮਾਨ ਸਾਹਿਬ ਦੀ ਉੱਥੇ ਫੋਟੋ ਵੇਖੀ ਸੀ ਯਾਰ ਢਿੱਲੇ ਜੇ ਲੱਗੇ ਮੈਨੂੰ ਮੈਂ ਕਿਹਾ ਤੂੰ ਮਿਲ ਕੇ ਆ ਕਿਤੇ ਨਹੀਂ ਫੋਟੋ ਤੇ ਹੀ ਅੰਦਾਜ਼ਾ ਲਾ ਲਿਆ ਸੋ ਮੇਰੇ ਕਹਿਣ ਦੇ ਮਨ ਲੋ ਪੀਪਲ ਇਦਾਂ ਹੀ ਅੰਦਾਜ਼ਾ ਲਾ ਲੈਂਦੇ ਆ ਤੁਹਾਡੇ ਚਿਹਰੇ ਮੂਰੇ ਤੋਂ ਯਾਰ ਗੱਲ ਵੀ ਹੈ ਨਹੀਂ ਇਹਦੀ ਬੜੀ ਸਭ ਸਰਕਾਰ ਦੀ ਗੱਲ ਆ ਤੇ ਪਰ ਦੂਜੇ ਪਾਸੇ ਅਕਾਲੀ ਦਲ ਪਹਿਲਾਂ ਹੀ ਗ੍ਰੈਜਯੋਦ ਚੱਲ ਰਿਹਾ ਸੀ ਅੰਦਰ ਹੀ ਅਕਾਲੀ ਦਲ ਸੁਧਾਰ ਲਹਿਰ ਆ ਗਈ ਹੁਣ ਉਹ ਬਲਟੋਆ ਸਾਹ ਵਾਲਾ ਨਵਾਂ ਐਪੀਸੋਡ ਆ ਗਿਆ ਬਲਟੋਆ ਸਾਹਿਬ ਨੂੰ 24 ਘੰਟਿਆਂ ਚ ਪਾਰਟੀ ਚੋਂ 10 ਸਾਲ ਲਈ ਬਾਹਰ ਕੱਢਣ ਦਾ ਹੁਕਮ ਆ ਗਿਆ ਤਖਸਾਲ ਤੋਂ ਪਤਾ ਨਹੀਂ ਇਹ ਮੈਂ ਯਾਰ ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਦੇ ਫੈਸਲਿਆਂ ਚ ਉਹਨਾਂ ਦੇ ਆਪਣੇ ਫੈਸਲੇ ਆ ਆਪਣੀ ਮਰਜ਼ੀ ਆ ਉਹਨਾਂ ਚ ਕੋਈ ਬਹੁਤਾ ਦਖਲ ਨਹੀਂ ਦੇਣਾ ਚਾਹੁੰਦਾ ਕੱਢਣਾ ਹੈ ਕੱਢ ਦੇ ਨਹੀਂ ਕੱਢਣਾ ਨਾ ਕੱਢਣ ਮੈਨੂੰ ਤਾਂ ਇਸ ਗੱਲ ਦਾ ਕੋਈ ਇੰਟਰਸਟ ਨਹੀਂ ਹੈ ਪਰ ਜਿਵੇਂ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਲੈ ਕੇ ਸਵਾਲ ਚੁੱਕ ਰਹੇ ਸੀ ਵਿਰਸਾ ਸਿੰਘ ਮਲਟੋਆ ਹਣੀ ਉਸ ਤੋਂ ਬਾਅਦ ਇੱਕ ਸਖਤ ਫੈਸਲਾ ਹੋ ਗਿਆ ਤੇ ਵਿਰਸਾ ਸਿੰਘ ਮਲਟੋਆ ਇਹ ਕਹਿ ਦਿੰਦੇ ਇਹ ਤਾਂ ਕੋਈ ਤਖਤ ਹੀ ਨਹੀਂ ਹੈ ਇਹ ਤਾਂ ਇਹ ਤਾਂ ਸਭ ਇਹ ਹੈ ਨਹੀਂ ਬੰਦੇ ਬਟ ਮੇਰੇ ਕਹਿਣ ਲੱਗ ਗਏ ਕਿਉਂਕਿ ਮੇਰਾ ਯਾਰ ਇਹ ਇਹ ਵਿਸ਼ਾ ਨਹੀਂ ਹੈ ਮਲਟੋਆ ਕੀ ਕਹਿੰਦਾ ਹੈ ਤੇ ਉਹ ਕੀ ਕਹਿੰਦੇ ਹੈ ਸੋ ਮੇਰਾ ਕੋਈ ਇਨ ਵਿੱਚ ਬਹੁਤਾ ਇੰਟਰਸਟ ਨਹੀਂ ਹੈ ਲੱਗਦਾ ਹੈ ਕਿ ਲੀਡਰ ਕੀ ਵਾਰੀ ਬੋਲਦੇ ਬੋਲਦੇ ਜਿਆਦਾ ਬੋਲ ਜਾਂਦੇ ਆ ਤੇ ਸ਼ਾਇਦ ਉਹਨਾਂ ਦੇ ਬਿਆਨਬਾਜ਼ੀ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਅਕਾਲੀ ਦਲ ਚੋਂ 10 ਸਾਲ ਲਈ ਬਾਹਰ ਦਾ ਰਸਤਾ ਪਤਾ ਨਹੀਂ 10 ਸਾਲ ਆਸਤੇ ਕਿ ਹੈ ਚਲੋ ਯਾਰ ਮੈਂ ਫੇਰ ਕਹਿ ਰਿਹਾ ਨਪਿੰਦਰ ਜੀ ਹਜੇ ਕਈ ਬਾਦਲ ਦੇ ਬੜੇ ਕਰੀਬੀ ਮਨੇ ਗਏ ਔਰ ਉਹਨਾਂ ਦੇ ਚੱਕਰ ਚ ਉਹਨਾਂ ਨੇ ਆਪਦੇ ਜੀਜਾ ਜੀ ਨੂੰ ਪਾਰਟੀ ਚੋਂ ਬਾਹਰ ਕੱਢਿਆ ਸੀ ਹਾ ਉਹ ਵੀ ਗਲਤੀ ਸੀ ਸੁਖਬੀਤ ਸਿੰਘ ਬਾਦਲ ਨੂੰ ਕਦੇ ਨਹੀਂ ਇਹ ਕਰਨਾ ਚਾਹੀਦਾ ਜੀਜੇ ਨੂੰ ਬੇਸ਼ੱਕ ਜੀਜੇ ਨਾਲ ਘੱਟ ਬਣੇ ਵੱਧ ਬਣੇ ਲੇਕਿਨ ਪਾਰਟੀ ਦੇ ਤੇ ਪਰਿਵਾਰ ਦੇ ਮਸਲਿਆਂ ਦੇ ਵਿੱਚ ਇੱਕ ਥੋੜਾ ਅੰਤਰ ਰੱਖਣਾ ਚਾਹੀਦਾ ਹੈ ਪਰਿਵਾਰ 'ਚ ਕਿਸੇ ਨੂੰ ਇੰਟਰਫੀਰੈਂਸ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਪਰ ਜਿਹਦੇ ਪਿੱਛੇ ਕੱਢਿਆ 10 ਸਾਲ ਲਈ ਹੁਣ ਉਹਦਾ ਵੀ ਬਾਹਰ ਦਾ ਰਸਤਾ ਵੇਖੋ ਉਹਨੂੰ ਰਸਤਾ ਦਿਖਾਉਂਦੇ ਆ ਜਾਂ ਨਹੀਂ ਦਿਖਾਉਂਦੇ ਤਾਂ ਵੇਖਣ ਵਾਲੀ ਗੱਲ ਹੈ ਪਰ ਮੈਂ ਸੱਚ ਕਹਾਂ ਹਾਲਾਂਕਿ ਮੇਰੇ ਕੋਈ ਬਲਟਵਾ ਸਾਹਿਬ ਨਾਲ ਖਾਵੇਂ ਰਿਸ਼ਤੇ ਨਹੀਂ ਰਹੇ ਮੈਂ ਬਲਟਵਾ ਸਾਹਿਬ ਨਾਲ ਹਮੇਸ਼ਾ ਲੜਦਾ ਰਹੇ ਅਸੂਲ ਨਾਲ ਲੜਾਈ ਉਹ ਕਹਿੰਦੇ ਸੀ ਮੈਂ ਕਹਿੰਦਾ ਸੀ ਤੁਸੀਂ ਵਾਤਵਾਦੀ ਵਾਲੀ ਉਹਨੇ ਹਾਂ ਮੈਂ ਫਲਾ ਹੈਗਾ ਸੋ ਮੇਰੇ ਕੋਈ ਚੰਗੇ ਰਿਸ਼ਤੇ ਨਹੀਂ ਆ ਲੇਕਿਨ ਇਸ ਮਾਮਲੇ ਤੇ ਮੈਂ ਕੋਟੇ ਪਰੇਪੜਾ ਨਹੀਂ ਕਰਨੇ ਚਾਹੁੰਦਾ ਮੋਟਵਾ ਜਾਣੇ ਤੇ ਸ਼ਰੂਨ ਨਿਗਰਦਾਰਾ ਪ੍ਰਬੰਧਕ ਕਮੇਟੀ ਜਾਣੇ ਖੈਰ ਇਹ ਅਲੱਗ ਮਸਲਾ ਹੈ ਤੇ ਪਰ ਹੁਣ ਤੁਸੀਂ ਚੋਣਾਂ ਦੀ ਤਿਆਰੀ ਜਿਹੜੀ ਹੈ ਮੈਨੂੰ ਲੱਗਦਾ ਕਿ ਉਧਰ ਹੁਣ ਤੁਹਾਨੂੰ ਪੂਰਾ ਜੋਰ ਲਾਉਣਾ ਪੈਣਾ ਪੂਰਾ ਜੋਰ ਤਾਂ ਹਮੇਸ਼ਾ ਹੀ ਸਾਡਾ ਤਾਂ ਜੋਰ ਲੱਗੇ ਹੀ ਰਹਿੰਦਾ ਦੋਵੇਂ ਪਾਸੇ ਇੱਕ ਲੱਤ ਲੁਧਿਆਣੇ ਹੁਣ ਦੂਜੀ ਇੱਧਰ ਵੈਸੇ ਸਾਰੇ ਪੰਜਾਬ ਚ ਇਕ ਹੋਣੀ ਪੈਂਦੀ ਐਸਨੁਪਿੰਦਰ ਜੀ ਜੋਰ ਲੱਗਿਆ ਰਹਿਣਾ ਔਰ ਸਾਨੂੰ ਉਮੀਦ ਹੈ ਕਿ ਜੇ ਬਾਈ ਇਲੈਕਸ਼ਨ ਹੋਏ ਜਦੋਂ ਹੋਏ ਤੇ ਕਾਂਗਰਸ ਪਾਰਟੀ ਨੂੰ ਆਪਦਾ ਹਿੱਸਾ ਬਹੁਤ ਚੰਗਾ ਮਿਲੇਗਾ ਤਾਂ ਰਾਜਾ ਵੜਿੰਗ ਹੁਣੀ ਕਹਿੰਦੇ ਨੇ ਜੀ ਕਿ ਕਾਂਗਰਸ ਪਾਰਟੀ ਮੁੱਖ ਪਾਰਟੀ ਦੀ ਵਜੋਂ ਉੱਪਰ ਕੇ ਸਾਹਮਣੇ ਆਏਗੀ ਤਾਂ ਮਰਿੰਦਰ ਸਿੰਘ ਰਾਜਾ ਵੜਿੰਗ ਹੁਣੀ ਗਿੱਦੜਬਾਦੀਆਂ ਗਲੀਆਂ ਦੇ ਵਿੱਚ ਨਜ਼ਰ ਆ ਰਹੇ ਨੇ ਗਿੱਦੜਬਾਦ ਦੇ ਵਿੱਚ ਲਗਾਤਾਰ ਆਪਣੇ ਸਾਥੀ ਸਮਰਥਕ ਵੋਟਰਾਂ ਦੇ ਨਾਲ ਮੀਟਿੰਗਾਂ ਕਰਦੇ ਨਜ਼ਰ ਆ ਰਹੇ ਨੇ ਤਾਂ ਦੇਖਦੇ ਆ ਇਸ ਉਪ ਚੋਣ ਦੀ ਜੰਗ ਦੇ ਵਿੱਚ ਜਿੱਤਾਲਾ ਸੇਰਾ ਕੀ ਦੇ ਸਰਬਾਈ ਦਾ ਕੈਮਰਾਮੈਨ ਅਰਜਿੰਦਰ ਕੁਮਾਰ ਦੇ ਨਾਲ ਨਵਿੰਦਰ ਸਿੰਘ ਭਰਾ న్యూਸ 18 ਗਿੱਦੜਵਾਹਾ